ਜ਼ੋਰ ਦੇ ਨਾਲ ਇਸ ਗੱਲ ਤੇ ਬਾਦਲਾਂ ਦਾ ਵਿਰੋਧ ਕਰਦੇ ਆ, ਕਾਲੀਆਂ ਝੰਡੀਆਂ ਦਿਖਾਉਂਦੇ ਆ ਕਿ ਇਹ ਸਰਸੇ ਵਾਲੇ ਦਾ ਚੇਲਾ ਚਾਟੜਾ ਆ। ਪਰ ਬਾਦਲਾਂ ਦੀ ਰੈਲੀ ਦੇ ਵਿੱਚ ਜਾਣ ਤੋਂ ਪਹਿਲਾਂ ਇੱਕ ਗੱਲ ਦਾ ਮੈਨੂੰ ਜਵਾਬ ਦੇ ਕੇ ਜਾਇਓ। ਸਿਰਸੇ ਵਾਲੇ ਨੂੰ ਮਾਫੀ ਦਵਾਈ ਆ, 15-20 ਸਾਲ ਸਿਰਸੇ ਵਾਲੇ ਤੋਂ ਵੋਟਾਂ ਮੰਗਣ ਜਾਂਦੇ ਰਹੇ, ਇਹਦੀ ਜਨਾਨੀ ਜਾਂਦੀ ਰਹੀ, ਇਹਦੀ ਬਹੂ ਜਾਂਦੀ ਰਹੀ, ਇਹ ਆਪ ਜਾਂਦਾ ਰਿਹਾ, ਇਹਦਾ ਮੁੰਡਾ ਜਾਂਦਾ ਰਿਹਾ, ਪੂਰਾ ਟੱਬਰ ਜਾਂਦਾ ਰਿਹਾ। ਜਿਹੜਾ ਜਾਣਾ ਚਾਹੁੰਦੇ ਆ ਬੋਤਲ ਪਿੱਛੇ, ਹਜੇ ਵੀ ਜਿਹੜਾ ਦੇ ਦਿਲ ਚੋਂ ਅਕਾਲੀਆਂ ਦਾ ਰਾਗ ਨਹੀਂ ਜਾਂਦਾ, ਗਦਾਰਾਂ ਦਿਓ ਸਿੱਖਾਂ ਦਾ ਖੂਨ ਕਿੰਨਾ ਕੁ ਪੀਣਾ ਹੋਏ ਤੁਸੀਂ ਦੋਸਤੋ। ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਮੁੱਦਾ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਭਖਦਾ ਦਿਖਾਈ ਦੇ ਰਿਹਾ ਹੈ। ਹੁਣ ਫਿਰ ਤੋਂ ਬੇਅਦਬੀ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਿਰਦਾ ਦਿਖਾਈ ਦੇ ਰਿਹਾ ਹੈ, ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਵੱਧਦਾ ਹੀ ਜਾ ਰਿਹਾ ਹੈ। ਹੁਣ ਬੁੱਢੇ ਦਲ ਦੇ ਜਥੇਦਾਰ ਨੇ ਬਾਦਲ ਪਰਿਵਾਰ ਨੂੰ ਰੱਜ ਕੇ ਲਾਨਤਾਂ ਪਾਈਆਂ ਨੇ ਤੇ ਸਿੱਖਾਂ ਨੂੰ ਆਪਦੀ ਜ਼ਮੀਰ ਜਗਾਉਣ ਦੇ ਵੀ ਕਿਹਾ ਹੈ। ਹੋਰ ਉਹਨਾਂ ਨੇ ਬਾਦਲਾਂ ਦੀ ਰੈਲੀ ਨੂੰ ਲੈ ਕੇ ਕੀ ਹਮਲੇ ਕੀਤੇ ਤੁਸੀਂ ਆਪ ਹੀ ਸੁਣ ਲਵੋ। ਦਾਸ ਜਸਦਰ ਬੁੱਢਾ ਦਲ ਦੁਆਬਾ, ਮੈਂ ਅੱਜ ਆਪ ਜੀ ਦੇ ਹਜ਼ੂਰ 2 ਪੁਆਇੰਟ ਲੈ ਕੇ ਆ ਰਿਹਾ, ਸਿਰਫ 2। ਇੱਕ ਦੇ ਵਿੱਚ ਮੈਂ ਸੰਗਤ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਤੇ ਇੱਕ ਦੇ ਵਿੱਚ ਬਾਦਲਾਂ ਨੂੰ। ਤੇ ਜਿਹੜੇ ਨੌਜਵਾਨ, ਜਿਹੜੇ ਸਿੱਖਾਂ ਦੇ ਮੁੰਡੇ ਬਾਦਲਾਂ ਦੀ ਰੈਲੀ ਦੇ ਵਿੱਚ 7 ਤਰੀਕ ਨੂੰ ਜਾਣਾ ਚਾਹੁੰਦੇ ਹਨ, ਉਹ ਸਭ ਤੋਂ ਪਹਿਲਾਂ ਮੇਰੀ ਇੱਕ ਗੱਲ ਦਾ ਜਵਾਬ ਦੇ ਕੇ ਜਾਣ। ਜੀ ਸਦਕੇ ਜੰਮ ਜੰਮ ਜਾਣ, ਪਰ ਇੱਕ ਗੱਲ ਦਾ ਜਵਾਬ ਦੇ ਕੇ ਜਾਣ। ਜਿਨ੍ਹਾਂ ਨੌਜਵਾਨਾਂ ਨੇ ਜਾਂ ਜਿਹੜੇ ਆਪਣੇ ਆਪ ਨੂੰ ਸਿੱਖ ਸਮਝਦੇ ਨੇ, ਮੂੰਹ 'ਤੇ ਦਾੜੇ ਰੱਖ ਕੇ, ਨੱਕ ਦੇ ਥੱਲੇ ਮੁੱਛਾਂ ਰੱਖ ਕੇ ਅਤੇ ਸਿਰ ਦੇ ਉੱਤੇ ਦਸਤਾਰ ਸਜਾ ਕੇ ਅਤੇ ਫਿਰ ਬਾਦਲਾਂ ਦੀ ਰੈਲੀ ਦੇ ਵਿੱਚ ਜਾਣਾ ਚਾਹੁੰਦੇ ਨੇ, ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦੇ ਵਿੱਚ ਜਾਣ ਤੋਂ ਤੁਹਾਨੂੰ ਕੋਈ ਵੀ ਰੋਕ ਨਹੀਂ ਸਕਦਾ। ਪਰ ਬਾਦਲਾਂ ਦੀ ਰੈਲੀ ਦੇ ਵਿੱਚ ਜਾਣ ਤੋਂ ਪਹਿਲਾਂ ਇੱਕ ਗੱਲ ਦਾ ਮੈਨੂੰ ਜਵਾਬ ਦੇ ਕੇ ਜਾਇਓ। 1978 ਦੇ ਵਿੱਚ ਬਾਦਲ ਦਾ ਇਤਿਹਾਸ ਸੁਣਿਓ ਮਾੜਾ ਜਿਹਾ, ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਬਾਦਲ ਦੇ ਇਤਿਹਾਸ 'ਤੇ। 1978 ਦੇ ਵਿੱਚ 13 ਅਪ੍ਰੈਲ 1978 ਦੇ ਵਿੱਚ ਨਿਰੰਕਾਰੀ ਕਾਂਡ ਹੁੰਦਾ ਸ਼੍ਰੀ ਦਰਬਾਰ ਸਾਹਿਬ, ਸੰਤ ਜਰਨੈਲ ਸਿੰਘ ਖਾਲਸਾ ਜੀ ਦੀ ਮੌਜੂਦਗੀ ਦੇ ਵਿੱਚ, ਸੰਤ ਜੀ ਸਰੀਰ ਕਰਕੇ ਮੌਜੂਦ ਸਨ, ਇਸ ਕਰਕੇ ਮੈਨੂੰ ਇਹ ਸ਼ਬਦ ਵਰਤਣਾ ਪਿਆ। ਸੰਤ ਜਰਨੈਲ ਸਿੰਘ ਜੀ ਮੌਜੂਦ ਸਨ। 1978 ਦੇ ਵਿੱਚ ਪ੍ਰਕਾਸ਼ ਚੰਦ ਬਾਦਲ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਸੀ, ਮੌਜੂਦਾ ਮੁੱਖ ਮੰਤਰੀ ਦੀ ਸੀਟ ਦੇ ਉੱਤੇ, ਗੱਦੀ ਦੇ ਉੱਤੇ ਬੈਠਾ ਹੋਇਆ ਸੀ। ਇਹਦੀ ਇਸ ਬੰਦੇ ਦੀ ਇਸ ਮਨੁੱਖ ਦੀ ਮੌਜੂਦਗੀ ਦੇ ਵਿੱਚ ਨਰਕਧਾਰੀਆਂ ਵੱਲੋਂ, ਜਿਹੜੀ ਮੈਂ ਅੱਜ ਕੌਮ ਨੂੰ ਆਪਣੇ ਨੌਜਵਾਨਾਂ ਨੂੰ ਗੱਲ ਚੇਤੇ ਦਵਾਉਣੀ ਚਾਹੁੰਦਾ ਤੁਹਾਡੇ ਜਿਹਨ ਦੇ ਵਿੱਚ, ਕਿਉਂਕਿ 78 ਤੋਂ ਬਾਅਦ ਬੜਾ ਜਨਮ ਹੋਇਆ, ਜਿਹੜੀ ਜਨਰੇਸ਼ਨ ਬੈਠੀ ਆ 85 ਤੋਂ ਬਾਅਦ ਦੀ, 84 ਤੋਂ ਬਾਅਦ ਦੀ, 90 ਦੀ, 99 ਦੀ, ਜਿਹੜੀ ਨੌਜਵਾਨ ਜੰਗ ਬਲੱਡ ਪੀੜ੍ਹੀ ਆ, ਮੈਂ ਤੁਹਾਨੂੰ ਨੌਜਵਾਨੋਂ ਇੱਕ ਗੱਲ ਯਾਦ ਦਿਵਾਉਣੀ ਚਾਹੁੰਦਾ। ਅੱਜ ਆਪਾਂ ਸਾਰੇ ਜਾਣੇ ਰਲ ਕੇ ਟਾਰਾਂ ਮਾਰਦੇ ਹਾਂ, ਜ਼ੋਰ ਦੇ ਨਾਲ ਇਸ ਗੱਲ 'ਤੇ ਬਾਦਲਾਂ ਦਾ ਵਿਰੋਧ ਕਰਦੇ ਹਾਂ, ਕਾਲੀਆਂ ਝੰਡੀਆਂ ਦਿਖਾਉਂਦੇ ਹਾਂ ਕਿ ਇਹ ਸਿਰਸੇ ਵਾਲੇ ਦਾ ਚੇਲਾ ਚਾਟੜਾ ਆ। ਸਿਰਸੇ ਵਾਲੇ ਨੂੰ ਮਾਫੀ ਦਵਾਈ ਆ, 15-20 ਸਾਲ ਸਿਰਸੇ ਵਾਲੇ ਤੋਂ ਵੋਟਾਂ ਮੰਗਣ ਜਾਂਦੇ ਰਹੇ, ਇਹਦੀ ਜਨਾਨੀ ਜਾਂਦੀ ਰਹੀ, ਇਹਦੀ ਬਹੂ ਜਾਂਦੀ ਰਹੀ, ਇਹ ਆਪ ਜਾਂਦਾ ਰਿਹਾ, ਇਹਦਾ ਮੁੰਡਾ ਜਾਂਦਾ ਰਿਹਾ, ਪੂਰਾ ਟੱਬਰ ਜਾਂਦਾ ਰਿਹਾ। ਧੱਕੇ ਦੇ ਨਾਲ ਮੰਤਰੀਆਂ ਨੂੰ ਵੀ ਭੇਜਦੇ ਰਹੇ, ਇਹ ਗੱਲ ਮੈਂ ਹੁਣੇ ਕਰ ਦੇਣੀ ਆ। ਅੱਜ ਸਿੱਖ ਕੌਮ ਦੇ ਵਿੱਚ ਕਿੱਡੀ ਭਾਰੀ ਨਾਰਾਜ਼ਗੀ ਇਸ ਗੱਲ ਦੀ, ਉਸ ਬਲਾਤਕਾਰੀ ਇਨਸਾਨ ਨੂੰ ਮਾਫੀ ਦਵਾਉਣ ਵਾਲੇ, ਉਹਦੇ ਕੋਲੋਂ ਵੋਟਾਂ ਮੰਗਣ ਵਾਲੇ, ਤਾਂ ਜੇ ਆਪਾਂ ਨੂੰ ਸਾਰਿਆਂ ਨੂੰ ਪਤਾ ਇਹ ਬਾਦਲ ਹੈਗੇ ਨੇ। ਕੀ ਨੌਜਵਾਨੋ ਤੁਹਾਨੂੰ ਇੰਨੀ ਗੱਲ ਦਾ ਵੀ ਪਤਾ, ਇਹ ਨਰਕਧਾਰੀਆ ਵੀ ਪੱਕਾ ਨਰਕਧਾਰੀਆ ਗੁਰਵਚਨਾ, ਨਰਕਧਾਰੀਆ ਗੁਰਵਚਨੇ ਦਾ ਚੇਲਾ ਆ ਇਹ ਬਾਦਲ। 1978 ਯਾਦ ਰੱਖਿਆ ਕਰੋ। ਅੱਜ ਤੱਕ ਪੰਜਾਬ ਦੇ ਇਤਿਹਾਸ ਦੇ ਵਿੱਚ ਜਿੰਨੇ ਬੇਕਸੂਰ ਅਤੇ ਨਿਰਦੋਸ਼ ਸਿੱਖ ਬਾਦਲ ਨੇ ਮਾਰੇ, ਕਿਸੇ ਨੇ ਨਹੀਂ ਮਾਰੇ। ਇੰਨੀ ਗੱਲ ਯਾਦ ਰੱਖਿਓ। ਮੈਨੂੰ ਬੜੀ ਵਾਰੀ ਕਹਿੰਦੇ ਕਾਂਗਰਸ ਨੇ ਬੜੇ ਮਾਰੇ, ਮੈਂ ਤੁਹਾਨੂੰ ਇਹਦਾ ਵੀ ਦੱਸਾਂਗਾ ਸਾਰਾ। 1978 ਦੇ ਵਿੱਚ 13 ਸਿੰਘ ਸ਼ਹੀਦ ਕਰਨ ਵਾਲੇ ਜਿਹੜੇ ਅੱਜ ਰੈਲੀ 'ਚ ਜਾਣੀ ਚਾਹੁੰਦੇ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਜਾਣਾ ਚਾਹੁੰਦੇ ਹੋ ਰੈਲੀ ਦੇ ਵਿੱਚ, ਦੱਸ ਦਿਓ। 13 ਬੇਕਸੂਰ ਸਿੰਘ ਸ਼ਹੀਦ ਕੀਤੇ ਗਏ,
ਤੇ ਆਹ ਤੇ ਹੁਣ ਆਪਾਂ ਬਰਗਾੜੀ ਦਾ ਰੌਲਾ ਪਾਉਂਦੇ ਹਾਂ। ਮੈਂ ਪਿਛਲੀ ਵਾਰੀ ਵੀ ਇੱਕ ਲਾਈਵ ਕਰਕੇ ਬੋਲਿਆ ਸੀ, ਇਹ ਸੰਗਤ ਦੇ ਚਰਨਾਂ 'ਚ ਬੇਨਤੀ ਕੀਤੀ ਸੀ, ਤੁਹਾਨੂੰ ਲੁਧਿਆਣਾ ਚੇਤਾ ਭੁੱਲ ਗਿਆ ਅੱਜ ਤੋਂ 10 ਸਾਲ ਪਹਿਲਾਂ ਜਦੋਂ ਬਾਦਲ ਮੁੱਖ ਮੰਤਰੀ ਬਣਦਾ ਆ, ਇਹਦੇ ਮੁੰਡੇ ਦੀ ਗੱਲ ਕਰਦੇ ਸੁਖਵੀਰ ਦੀ, ਬਦਮਾਸ਼ ਆਦਮੀ ਸਿਰੇ ਦਾ ਏ, ਗੱਲ ਗੱਲ ਦੇ ਉੱਤੇ ਬਦਮਾਸ਼ੀ ਕਰਦਾ ਔਰ ਧਮਕੀਬਾਜ਼ ਆ, ਧਮਕੀਆਂ ਦਿੰਦਾ ਹਰ ਇੱਕ ਨੂੰ, ਮੈਂ ਇੱਦਾਂ ਕਰ ਦੇਵਾਂਗਾ, ਮੈਂ ਵਾਹ ਕਰ ਦੇਵਾਂਗਾ। ਮੈਂ ਲੁਧਿਆਣੇ ਦਾ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ, ਸੰਗਤ ਜੀ ਜਿਹੜੇ ਜਾਣੇ ਚਾਹੁੰਦੇ ਆ ਨੌਜਵਾਨ, ਭਾਈ ਕਮਲਜੀਤ ਸਿੰਘ ਦੇ ਗੋਲੀਆਂ ਮਾਰੀਆਂ ਗਈਆਂ, ਭੁੱਲ ਗਏ ਆਪਣੇ ਸ਼ਹੀਦ ਨੂੰ, ਉਦੋਂ ਤਾਂ ਬਹੁਤ ਟਾਰਾ ਮਾਰਦੇ ਸੀ, ਸਾਨੂੰ ਬਾਹਲਾ ਦੁੱਖ ਜਾਗਦਾ ਸੀ ਵੀ ਇਹਨਾਂ ਨੇ ਜੀ ਸ਼ਹੀਦ ਕਰ ਦਿੱਤਾ, ਕਿਹਦੀ ਸਰਕਾਰ ਸੀ? ਸੁਖਬੀਰ ਬਾਦਲ ਦੀ ਮੌਜੂਦਗੀ ਦੇ ਵਿੱਚ ਲੁਧਿਆਣੇ ਗੋਲੀ ਚੱਲੀ ਆ, ਭਾਈ ਕਮਲਜੀਤ ਸਿੰਘ ਦੇ ਗੋਲੀਆਂ ਮਾਰੀਆਂ ਗਈਆਂ, ਦੋ ਸਿੰਘ ਸ਼ਹੀਦ ਹੋਏ, ਇੱਕ ਬਜ਼ੁਰਗ ਆਦਮੀ ਜਿਹੜਾ ਆਟੋ ਚਲਾਉਂਦਾ ਸੀ ਉਹਦੇ ਵੀ ਪੇਟ 'ਚ ਗੋਲੀਆਂ ਵੱਜੀਆਂ, ਅਤੇ ਭਾਈ ਕਮਲਜੀਤ ਸਿੰਘ ਗੋਲੀਆਂ ਲੱਗਣਾ ਸ਼ਹੀਦ ਹੋਏ ਦੋ, ਜਦੋਂ ਇਹਨਾਂ ਦੀ ਸਰਕਾਰ ਆਈ ਆ 2007-08 ਦੇ ਵਿੱਚ, ਜਦ ਦੀ ਗੱਲ ਆ। ਕੋ ਹੈ ਜਵਾਬ ਜਿਹੜਾ ਜਾਣਾ ਚਾਹੁੰਦੇ ਆ ਬੋਤਲ ਪਿੱਛੇ, ਹਜੇ ਵੀ ਜਿਹੜਾ ਦੇ ਦਿਲ 'ਚੋਂ ਅਕਾਲੀਆਂ ਦਾ ਰਾਗ ਨਹੀਂ ਜਾਂਦਾ, ਗਦਾਰਾਂ ਦਿਓ, ਸਿੱਖਾਂ ਦਾ ਖੂਨ ਕਿੰਨਾ ਕੁ ਪੀਣਾ ਹੋਏ ਤੁਸੀਂ ਦੋਸਤੋ? ਦੂਜਾ ਕਾਂਡ ਗੁਰਦਾਸਪੁਰ ਦਾ, ਸ਼ਹੀਦ ਭਾਈ ਜਸਪਾਲ ਸਿੰਘ, 14 ਸਾਲਾਂ ਦਾ ਭਚੰਗੀ ਸਿੰਘ, ਯਾਦ ਆ ਕਿਸੇ ਨੂੰ ਕਿ ਭੁੱਲ ਗਿਆ? ਦੱਸ ਦਿਓ, ਦੇ ਦਿਓ ਜਵਾਬ। ਉਹ ਕਿੰਨੀਆਂ ਤੁਸੀਂ, ਮੈਂ ਤੁਹਾਨੂੰ ਸਿੱਖਾਂ ਨੂੰ ਪੁੱਛਣਾ ਚਾਹੁੰਦਾ, ਨੌਜਵਾਨਾਂ ਨੂੰ, ਉਹ ਸਿੱਖਾਂ ਦੇ ਉਹ ਮੁੰਡਿਓ ਕਿੰਨੇ ਸਟਿੱਕਰ ਬਣਾ ਬਣਾ ਕੇ ਵੰਡੇ ਆ ਜਸਪਾਲ ਸਿੰਘ ਦੇ, ਗੁਰਦਾਸਪੁਰ ਉਹਦੇ ਘਰ ਦੇ ਸਾਹਮਣੇ ਨੂੰ ਗੋਲੀ ਮਾਰੀ ਆ ਪੁਲਿਸ ਨੇ, ਹਜੇ ਤੱਕ ਇਨਸਾਫ ਨਹੀਂ ਹੋਇਆ, ਹਜੇ ਤੱਕ ਹੋਇਆ ਤਾਂ ਦੱਸ ਦਿਓ। ਸ਼ਹੀਦ ਭਾਈ ਜਸਜੀਤ ਸਿੰਘ, ਕੌਣ ਇਨਸਾਫ ਕਰੂਗਾ, ਦੱਸ ਦਿਓ। ਮੈਂ ਕਿੰਨੇ ਕੁ ਗਿਣਾ, ਗਿਣਨ ਲੱਗਾ ਤਾਂ ਇੱਥੇ ਤਾਂ ਪਤਾ ਹੀ ਨਹੀਂ ਕਿੰਨੇ ਕੁ ਗਿਣੇ ਜਾਣੇ ਆ। ਬਰਗਾੜੀ ਦਾ ਤੁਸੀਂ ਦੱਸ ਦਿਓ, ਉਹ ਪ੍ਰਸ਼ਾਦਾ ਛਕਾਉਣ ਵਾਲਾ ਸਿੰਘ ਜਿਹੜਾ ਲੰਗਰ ਵਰਤਾ ਰਿਹਾ ਸੀ, ਜਿਨ੍ਹਾਂ ਦੇ ਕੋਲੋਂ ਪੁਲਿਸ ਵਾਲਿਆਂ ਨੇ ਵੀ ਲੰਗਰ ਛਕਿਆ, ਉਹਦੇ ਗੋਲੀ ਚਲਾਈ ਗਈ, ਦੱਸ ਦਿਓ। ਮੈਂ ਇੱਥੇ ਪਿੱਛੇ ਵੀ ਮੈਂ ਪੁੱਛਿਆ ਸੀ ਵੀ ਬਾਦਲਾਂ ਨੂੰ ਇਹ ਗੱਲ ਕਲੀਅਰ ਕਰ ਦੇਣੀ ਚਾਹੀਦੀ ਆ, ਜੇ ਗੋਲੀ ਪੁਲਿਸ ਨੇ ਨਹੀਂ ਚਲਾਈ, ਜੇ ਗੋਲੀ ਬਾਦਲ ਨੇ ਨਹੀਂ ਚਲਵਾਈ, ਤਾਂ ਜਿਹਨੇ ਚਲਵਾਈ ਉਹਦਾ ਨਾਂ ਲੈ ਦਿਓ। ਫਲਾਨੇ ਆਦਮੀ ਨੇ ਗੋਲੀ ਚਲਾਈ ਆ, ਉਸ ਪੁਲਿਸ ਅਫਸਰ ਨੇ ਗੋਲੀ ਚਲਾਈ ਆ, ਦੱਸ ਦਿਓ। ਮੈਂ ਉਦੋਂ ਵੀ ਕਿਹਾ ਸੀ ਵੀ ਤੂੰ ਮੁੱਖ ਮੰਤਰੀ ਆ, ਕੋਈ ਚਪੜਾਸੀ ਦਾ ਨਹੀਂ ਤੇਰੇ ਕੋਲ ਅਹੁਦਾ, ਮੁੱਖ ਮੰਤਰੀ ਦਾ ਅਹੁਦਾ ਰਿਹਾ ਤੇਰੇ ਕੋਲ, ਤੂੰ ਭੱਜ ਨਹੀਂ ਸਕਦਾ, ਤੂੰ ਮੁੱਕਰ ਨਹੀਂ ਸਕਦਾ, ਤੂੰ ਨਹੀਂ ਕਹਿ ਸਕਦਾ ਮੈਨੂੰ ਪਤਾ ਨਹੀਂ ਗੋਲੀ ਕਿਵੇਂ ਚਲਵਾਈ ਆ। ਨੌਜਵਾਨਾਂ ਤੁਸੀਂ ਦੱਸਿਓ ਇਸ ਗੱਲ ਦਾ ਜਵਾਬ ਦਿਓ। ਇਹ ਤਾਂ ਗੱਲ ਹੋ ਗਈ ਜ਼ਬਰ ਦੀ ਅਤੇ ਜ਼ੁਲਮ ਦੀ, ਅਤੇ ਮੈਂ ਪੁੱਛਣਾ ਚਾਹੁੰਦਾ ਜਿਹੜੇ ਸਿੱਖਾਂ ਦੇ ਨੌਜਵਾਨਾਂ ਦਾ ਖੂਨ ਡੁੱਲਿਆ, ਉਹਨਾਂ ਦੇ ਡੁੱਲੇ ਹੋਏ ਖੂਨ ਦੇ ਵਿੱਚ ਤਾਰੀ ਲਾ ਕੇ ਬਾਦਲਾਂ ਦੀ ਰੈਲੀ ਤੱਕ ਪਹੁੰਚਣਾ ਚਾਹੁੰਦੇ ਹੋ? ਇੱਥੇ ਤਾਂ ਬਚ ਜਾਊਂਗੇ, ਪਰ ਅੱਗੇ ਜਾ ਕੇ ਹਿਸਾਬ ਦੇਣਾ ਪੈਣਾ, ਤੁਹਾਨੂੰ ਗਦਾਰੀ ਦਾ ਮੁੱਲ ਤਾਰਨਾ ਪਊਗਾ। ਖਾਸ ਕਰਕੇ ਆ ਮਾਲਵੇ ਵਾਲੇ ਅਤੇ ਮਾਝੇ ਵਾਲਿਆਂ ਦੇ ਤਾਂ ਚਲੋ ਠੀਕ ਆ, ਮਾਲਵੇ ਦੇ ਵਿੱਚੋਂ ਬਹੁਤ ਜ਼ਿਆਦਾ ਜਿਹੜੇ ਜੱਟ ਜ਼ਿਮੀਂਦਾਰ ਨੌਜਵਾਨ ਉਹਨਾਂ ਦੇ ਜ਼ਿਆਦਾ ਜਾਂਦੇ ਆ ਮੁਸਟੰਡੇ ਜਿਹੇ, ਉਹਨਾਂ ਨੂੰ ਇਹ ਹੁੰਦਾ ਕਿ ਫਿਰ ਸਰਕਾਰ 'ਚ ਆ ਜਾਣਗੇ, ਇਹਨਾਂ ਦੇ ਕੋਲੋਂ ਕੋਈ 86 ਲਾਹਾ ਲਵਾਂਗੇ, ਬਦਮਾਸ਼ੀਆਂ ਕਰਾਂਗੇ, ਹੋਰ ਮਸਲਾ ਕੋਈ ਨਹੀਂ ਗਾ। ਪੁਆਇੰਟ ਨੰਬਰ 2, ਦੂਜਾ ਪੁਆਇੰਟ ਜਿਹੜੀ ਹੈ, ਬਾਦਲਾਂ ਨੇ ਗੱਲ ਅਲਾਪਣੀ ਸ਼ੁਰੂ ਕੀਤੀ, ਰਾਗ ਬਾਦਲਾਂ ਦੇ ਰਾਗ ਦੀ ਗੱਲ ਕਰਨ ਲੱਗਾ, ਜਿਹੜਾ ਰੋਜ਼ ਇਹ ਟੀ ਵੀ ਦੇ ਉੱਤੇ ਰਾਗ ਅਲਾਪਦੇ ਆ, PTC ਦੇ ਉੱਤੇ ਰਾਗ ਲਾਪਦੇ ਆ, ਜਿਹੜਾ ਰੋਜ਼ ਜੀ ਮੀਡੀਆ ਵਾਲਿਆਂ 'ਤੇ ਰਾਤੀ ਬੜੀ ਚੰਗੀ ਖੁੰਬ ਠੱਪੀ ਇਹਨਾਂ ਦੀ, ਜਿਹੜਾ PTC ਦੇ ਉੱਤੇ ਅਤੇ ਪ੍ਰੈਸ ਕਾਨਫਰੰਸਾਂ ਦੇ ਉੱਤੇ ਰਾਗ ਲਾਪਦੇ ਆ, ਬਾਦਲ ਬੁੱਢਾ ਹੋ ਚੱਲਾ 94 ਸਾਲਾਂ ਦਾ, ਪਰ ਉਹਨੂੰ ਕਾਲ ਦੀ ਝਪਟ ਨਹੀਂ ਦੱਸਦੀ, ਉਹਨੂੰ ਲੱਗਦਾ ਮੈਂ ਇਸੇ ਪ੍ਰਕਾਰ ਨਾਲ ਬੇਈਮਾਨੀਆਂ ਕਰਦੇ ਨੇ ਸੰਸਾਰ ਦੇ ਵਿੱਚ ਜੀਣਾ, ਉਸ ਮਨੁੱਖ ਨੂੰ ਇਹ ਨਹੀਂ ਪਤਾ ਵੱਡਾ ਹੋਇਆ ਦੁਨੀਦਾਰ, ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤਵਾਚੀ ਹੈ, ਮੈਂ ਲੇਖਾ ਕਰ ਸਮਝਾਇਆ ਉੱਥੇ, ਲੇਖਾ ਨਹੀਂ ਤੇਤੋਂ ਦਿੱਤਾ ਜਾਣਾ, ਬਾਦਲਾ ਬੜਾ ਕੰਮ ਔਖਾ ਹੋ ਜਾਣਾ, ਬਹੁਤ ਸਿੱਖ ਨੌਜਵਾਨਾਂ ਦੇ ਖੂਨ ਦੇ ਵਿੱਚ ਤੂੰ ਅੱਜ ਤੱਕ ਤਾਰੀਆਂ ਲਾਉਂਦਾ ਆਇਆ, ਤੇਰਾ ਬੜਾ ਕੰਮ ਔਖਾ ਹੋਣੇ ਵਾਲਾ ਅੱਗੇ ਜਾ ਕੇ। ਜਿਹੜੀ ਹੈ ਤੁਸੀਂ ਰੋਜ਼ ਬਾਦਲ TV ਦੇ ਵਿੱਚ ਗੱਲ ਕਹਿੰਦੇ ਆ, ਸੰਗ ਪਾੜ ਪਾੜ ਕੇ ਟਾਰਾ ਮਾਰਦੇ ਆ, ਪਹਿਲੀ ਰੈਲੀ ਕਿਹੜੀ ਚੱਲਦੀ ਸੀ? ਪੋਲ ਖੋਲ ਰੈਲੀ। ਮੈਂ ਤੁਹਾਨੂੰ ਪੋਲ ਖੋਲਣ ਦੀ ਗੱਲ ਦੱਸਣ ਲੱਗਾ, ਇਸ ਗੱਲ ਦਾ ਜਵਾਬ ਨਾਲੇ ਮੈਂ ਬਾਦਲਾਂ ਤੋਂ ਮੰਗਣਾ ਚਾਹੁੰਦਾ ਆ ਅਤੇ ਨਾਲੇ ਪੰਜਾਬ ਦੇ ਨੌਜਵਾਨਾਂ ਤੋਂ ਮੰਗਣਾ ਚਾਹੁੰਦਾ ਆ, ਪੋਲ ਖੋਲ ਰੈਲੀ।
ਬਾਦਲਾਂ ਦੀ ਪੋਲ ਕਿਹਨੇ ਖੋਲੀ ਆ? ਅੱਜ ਤੱਕ ਹੁਣ ਤੱਕ 2-3 ਦੇ ਕਰੀਬ, 2 ਰੈਲੀਆਂ ਦੇ ਕਰੀਬ ਬਾਦਲ ਕਰ ਚੁੱਕੇ ਨੇ। ਰੋ ਇੱਕ ਹਰਿਆਣੇ ਕੀਤੀ ਆ, 3 ਰੈਲੀਆਂ ਦੇ ਕਰੀਬ ਬਾਦਲ ਰੈਲੀਆਂ ਕਰ ਚੁੱਕੇ 3। ਕੋਈ ਇੱਕ ਵੀ ਪੋਲ ਖੁੱਲੀ ਦੱਸ ਦਿਓ, ਕਿਸੇ ਦੀ ਵੀ ਇੱਕ ਵੀ ਪੋਲ ਖੁੱਲੀ। ਰਣਜੀਤ ਸਿੰਘ ਬ੍ਰਹਮਪੁਰਾ ਅਕਾਲੀ ਆਗੂ, ਬਾਦਲਾਂ ਦਾ ਟਕਸਾਲੀ ਆਗੂ, ਜਿਹਨੇ ਪੂਰੀ ਦੁਨੀਆ ਦੇ ਸਾਹਮਣੇ ਮੀਡੀਆ ਦੇ ਵਿੱਚ ਆ ਕੇ ਅਕਾਲੀਆਂ ਦੀ ਪੋਲ ਖੋਲੀ ਹੈ, ਦੱਸ ਦਿਓ। ਅਵਤਾਰ ਸਿੰਘ ਮੱਕੜ, ਸਾਬਕਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਜਿਹੜਾ 10 ਸਾਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰਿਹਾ, ਉਹਨੇ ਪੂਰੀ ਦੁਨੀਆ ਦੇ ਸਾਹਮਣੇ ਆ ਕੇ ਇਹਨਾਂ ਦੀ ਪੋਲ ਖੋਲੀ ਹੈ, ਦੱਸ ਦਿਓ ਖੋਲੀ ਜਾਂ ਨਹੀਂ ਖੋਲੀ। ਗੁਰਮੁਖ ਸਿੰਘ ਜਥੇਦਾਰ ਦਮਦਮਾ ਸਾਹਿਬ ਦਾ, ਸਾਬੋ ਕੀ ਤਲਵੰਡੀ, ਹੁਣ ਤਾਂ ਭਾਵੇਂ ਵਿਕ ਗਿਆ, ਗਦਾਰ ਹੋ ਗਿਆ, ਕੋਈ ਉਹਦਾ ਬਿਆਨ ਨਹੀਂ ਮੁੜ ਕੇ ਆਇਆ। ਸ਼ੁਰੂਆਤੀ ਟਾਈਮ ਦੇ ਵਿੱਚ ਉਸ ਗੁਰਮੁਖ ਸਿੰਘ ਜਥੇਦਾਰ ਨੇ ਦੱਸੋ ਕਿੰਨੇ ਇਹਨਾਂ ਨੇ ਪੋਲ ਖੋਲੇ ਆ? ਜੇ ਉਹ ਗੁਰਮੁਖ ਸਿੰਘ ਨੂੰ ਇਹ ਜਥੇਦਾਰੀ ਦੇ ਅਹੁਦੇ ਤੋਂ ਲਾਉਂਦੇ ਨਾ, ਬਰਖਾਸਤ ਨਾ ਕਰਦੇ, ਤਾਂ ਅੱਜ ਤੱਕ ਪਤਾ ਹੀ ਨਹੀਂ ਸੀ ਲੱਗਣਾ ਇਹਨਾਂ ਨੂੰ ਸਿਰਸੇ ਵਾਲੇ ਨੂੰ ਮਾਫ਼ੀ ਕਿਹਨੇ ਦਵਾਈ ਆ ਅਤੇ ਦਿੱਤੀ ਕਿੱਦਾਂ ਗਈ ਆ, ਕਿਵੇਂ ਗੱਡੀਆਂ ਦੇ ਵਿੱਚ ਬੈਠ ਕੇ ਗਏ ਆ, ਕਿਵੇਂ ਮੁੱਖ ਮੰਤਰੀ ਦੀ ਕੋਠੀ ਦੇ ਵਿੱਚ ਗਏ ਆ, ਕਿਵੇਂ ਇਹਨਾਂ ਨੂੰ ਹਿੰਦੀ ਦੇ ਵਿੱਚ ਚਿੱਠੀਆਂ ਲਿਖ ਕੇ ਦਿੱਤੀਆਂ ਗਈਆਂ, ਕਿਵੇਂ ਉਹਨਾਂ ਦਾ ਉਲੱਥਾ ਕਰਕੇ ਫਿਰ ਪੰਜਾਬੀ ਚਿੱਠੀ ਭੇਜੀ ਗਈ, ਕਿਵੇਂ ਉਸ ਦੁਸ਼ਟ ਸਾਧ ਨੂੰ ਮਾਫ਼ੀ ਦਿੱਤੀ ਗਈ? ਇਹ ਪੋਲ ਨਹੀਂ ਖੁੱਲ੍ਹ ਗਈ ਅਕਾਲੀਆਂ ਦੀ? ਉਹ ਤੁਸੀਂ ਕਿਹੜੀ ਪੋਲ ਦੀ ਗੱਲ ਕਰਦੇ ਹੋ? ਸੇਵਾ ਸਿੰਘ ਸੇਖਮਾ, ਤੁਹਾਡੀ ਪੋਲ ਖੋਲ ਰਿਹਾ, ਦੱਸ ਦਿਓ ਉਹਦਾ ਜਵਾਬ ਦੇ ਦੇ ਅਕਾਲੀ ਦੇਣ। ਕੇਵਲ ਸਿੰਘ, ਤੁਹਾਡੀ ਪੋਲ ਖੋਲ ਰਿਹਾ। ਸ਼ੇਰ ਸਿੰਘ ਘਬਾਇਆ, ਜਿਹਦਾ ਮੁੰਡਾ ਕਾਂਗਰਸ ਚਲਾ ਗਿਆ, ਉਹ ਤੁਹਾਡੀ ਪੋਲ ਖੋਲਦਾ ਪਿਆ, ਦੱਸ ਦਿਓ ਇਹਦਾ ਜਵਾਬ ਦੇ ਦਿਓ। ਬਾਕੀ ਦਿਆਂ ਤਾਂ ਤੁਸੀਂ ਕਹਿ ਦਿਓਗੇ ਮੇਰੇ ਵਰਗੇ ਨੂੰ ਵੀ ਇਹ ਫਲਾਨੇ ਦੀ ਸ਼ਾਹ 'ਤੇ ਬੋਲਦਾ, ਇਹ ਫਲਾਨੀ ਏਜੰਸੀ ਦਾ ਬੰਦਾ, ਫਲਾਨਾ ਏਜੰਟ, ਮੈਂ ਤਾਂ ਏਜੰਟ ਹਾਂ, ਮੈਂ ਤਾਂ ISI ਦਾ ਏਜੰਟ ਵੀ ਹੋ ਸਕਦਾ ਹਾਂ, ਕਿਆ ਪਤਾ ਮੈਂ ਰਾਹ ਦਾ ਹੀ ਏਜੰਟ ਹਾਂ, ਇੰਡੀਆ ਵਾਲਿਆਂ ਦਾ, RSS ਦਾ ਏਜੰਟ ਵੀ ਹੋ ਸਕਦਾ ਹਾਂ, ਜ਼ਰੂਰੀ ਤਾਂ ਨਹੀਂ ਆ। ਤਾਂ ਮੈਨੂੰ ਪਹਿਲਾਂ ਇਹ ਦੱਸ ਦਿਓ, ਮੱਕੜ ਕਿਹਦਾ ਏਜੰਟ ਆ, ਗੁਰਮੁਖ ਸਿੰਘ ਕਿਹਦਾ ਏਜੰਟ ਆ, ਬ੍ਰਹਮਪੁਰਾ ਕਿਹਦਾ ਏਜੰਟ ਆ, ਪਰਮਿੰਦਰ ਸਿੰਘ ਆਪਣਾ ਕੀ ਉਹਦਾ ਨਾਂ, ਢੀਡਸਾ ਜਿਹੜਾ ਉਹਦਾ ਮੁੰਡਾ, ਪਤਾ ਨਹੀਂ ਵੱਡਾ ਪਰਮਿੰਦਰ ਕਿਹੜਾ, ਛੋਟਾ ਪਰਮਿੰਦਰ ਜਿਹੜਾ ਬੁੜਾ ਹੋ ਗਿਆ, ਉਹਦਾ ਉਹਨੂੰ ਦਿੱਤਾ ਉਹਨੂੰ ਅਸਤੀਫਾ, ਉਹ ਕਿਹਦਾ ਏਜੰਟ ਆ? ਸੇਵਾ ਸਿੰਘ ਸੇਖਮਾ, ਤੁਹਾਡਾ ਏਜੰਟ ਅਕਾਲੀਆਂ ਦਾ ਹੈ ਜਾਂ ਨਹੀਂ ਹੈ, ਦੱਸ ਦਿਓ। ਅਵਤਾਰ ਸਿੰਘ ਮੱਕੜ, ਸ਼੍ਰੋਮਣੀ ਕਮੇਟੀ ਦਾ 10 ਸਾਲ ਅਕਾਲੀ ਦਲ ਦਾ ਏਜੰਟ ਰਿਹਾ ਜਾਂ ਨਹੀਂ ਰਿਹਾ, ਦੱਸ ਦਿਓ। ਉਹ ਤੁਹਾਡੀ ਪੋਲ ਖੋਲਦਾ ਪਿਆ, ਉਹ ਤੁਸੀਂ ਮੁਸਟੰਡੇ ਹੋ, ਦੁਸ਼ਟੋ, ਕਿਹੜੀ ਪੋਲ ਖੋਲਣ ਦੀ ਗੱਲ ਕਰਦੇ ਹੋ ਰੈਲੀਆਂ ਕਰਕੇ? ਕਿਹੜੀ ਪੋਲ ਦੀ ਗੱਲ ਕਰਦੇ ਹੋ ਤੁਸੀਂ? ਅਤੇ ਇੱਥੇ ਮੈਂ ਕਾਂਗਰਸੀਆਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਆ, ਇਹ ਗੱਲ ਤੁਹਾਡੇ ਲਈ ਵੀ ਮਾੜੀ ਆ, ਇਹ ਗੱਲ ਕਹਿਣੀ ਬਣਦੀ ਆ, ਇਹ ਤੁਹਾਡੇ ਲਈ ਬੜੀ ਔਰ ਮਾੜੀ, ਜੋ ਇਹਨਾਂ ਦਾ ਹਾਲ ਹੋ ਰਿਹਾ ਨਾ ਅਕਾਲੀਆਂ ਦਾ, ਮੈਂ ਕਾਂਗਰਸੀਆਂ ਨੂੰ ਕਹਿਣਾ ਚਾਹੁੰਦਾ ਲਿਖ ਕੇ ਲੈ ਲਓ, ਨਹੀਂ ਤੁਹਾਨੂੰ ਲਿਖ ਕੇ ਚਿੱਠੀ ਮੈਂ ਤੁਹਾਡੇ ਦਫ਼ਤਰ ਪਾ ਦਿੰਦਾ ਮੁੱਖ ਮੰਤਰੀ ਦੇ, ਤੁਹਾਡਾ ਹਾਲ ਆਉਣ ਵਾਲੇ 5 ਸਾਲਾਂ ਦੇ ਵਿੱਚ ਇਹਨਾਂ ਨਾਲੋਂ ਭੈੜਾ ਹੋਣਾ, ਮੈਂ ਤੁਹਾਨੂੰ ਇਹ ਗੱਲ ਦੱਸ ਦਿੱਤੀ। ਜੇ ਤੁਸੀਂ ਇਹਨਾਂ ਦੇ ਬਾਦਲ ਪਰਿਵਾਰ ਦੇ ਉੱਤੇ, ਸਿੱਖਾਂ ਦੇ ਉੱਤੇ ਗੋਲੀਆਂ ਚਲਾਉਣ ਵਾਲੇ ਸਿੱਖਾਂ ਦੇ ਕਾਤਲਾਂ ਉੱਤੇ ਕਾਰਵਾਈ ਨਹੀਂ ਕਰਨੀ, ਅਤੇ ਕਾਂਗਰਸੀਓ ਕੰਨ ਖੋਲ ਕੇ ਸੁਣ ਲਓ, ਤੁਹਾਡਾ ਹਾਲ ਇਹਨਾਂ ਨਾਲੋਂ ਭੈੜਾ ਹੋਣਾ। ਉਹ ਜਿਹੜੇ 10 ਸਾਲ ਸੱਤਾ ਦੇ ਵਿੱਚ ਰਹਿ ਕੇ ਗਏ, ਜਿਨ੍ਹਾਂ ਨੇ 10 ਸਾਲ ਰਾਜ ਕੀਤਾ, ਅੱਜ ਉਹ ਗਲੀਆਂ ਦੀ ਧੂੜ ਛਾਣਦੇ ਫਿਰਦੇ, ਤੁਸੀਂ ਕੀ ਚੀਜ਼ ਆ? ਤੁਹਾਨੂੰ ਤਾਂ 5 ਸਾਲ ਵੈਸੇ ਵੀ ਮੁਸ਼ਕਲ ਨਾਲ ਹੀ ਆ। ਮੈਂ ਤੁਹਾਨੂੰ ਇਹ ਵੀ ਗੱਲ ਦੱਸ ਦਿੰਦਾ, ਪੰਥ ਦੇ ਆਗੂ ਨਾ ਬਣੋ, ਆਪਣਾ ਕੀ ਇਹਦਾ ਰਾਤੀ ਉਹ ਬੋਲਦਾ ਪਿਆ ਸੀ, ਆਪਣਾ ਇਹਨਾਂ ਦਾ ਕਾਂਗਰਸ ਦਾ ਪ੍ਰਧਾਨ ਆ ਜਾਖੜ, ਅਤੇ ਬਾਬਾ ਜੀ ਕੋਲ ਬੈਠੇ, ਉਹ ਬਿਆਨ ਦੇਣ ਲੱਗਾ ਜਾਖੜ, ਅਤੇ ਬਾਬਾ ਜੀ ਕਹਿੰਦੇ ਦੇਖ ਆ ਪੰਥ ਦਾ ਆਗੂ ਬੋਲਦਾ ਜਿਹਦਾ ਮੂੰਹ ਸਰਮੁੰਨਿਆ ਆ, ਪੰਥ ਦੀ ਅਗਵਾਈ ਕਰਦਾ ਕਿ ਪੰਥ ਬਾਦਲਾਂ ਦੇ ਖਿਲਾਫ਼ ਆ, ਪੰਥ ਇੱਦਾਂ ਆ। ਪੰਥ ਦੇ ਠੇਕੇਦਾਰ ਨਾ ਬਣੋ ਕਾਂਗਰਸੀਓ, ਜਿਸ ਕੰਮ ਲਈ ਤੁਹਾਨੂੰ ਸਰਕਾਰ ਦੇ ਵਿੱਚ ਲਿਆਂਦਾ, ਇਹਨਾਂ ਨੂੰ ਸਜ਼ਾ ਦਿਓ। ਇਹ ਜਵਾਬ ਦੇਣ ਅਕਾਲੀ ਮੈਨੂੰ ਇਸ ਗੱਲ ਦਾ, ਪੋਲ ਖੁੱਲ੍ਹੀ ਤੁਹਾਡੀ ਜਾਂ ਨਹੀਂ। ਅਤੇ ਦੂਜੀ ਗੱਲ, ਜਦੋਂ ਪੋਲ ਖੋਲ ਰੈਲੀਆਂ ਫਲੋਪ ਹੋ ਗਈਆਂ, ਇਹ ਮੈਂ ਬੁੱਢੇ ਬਾਦਲ ਨੂੰ ਪੁੱਛਣਾ ਚਾਹੁੰਦਾ, ਸੁੱਖੀ ਬਾਦਲ ਦੇ ਪਿਤਾ ਨੂੰ ਪੁੱਛਣਾ ਚਾਹੁੰਦਾ, ਬੁੱਢੇ ਬਾਦਲ ਨੂੰ, ਬਾਦਲਾਂ ਮੈਨੂੰ ਇਸ ਗੱਲ ਦਾ ਜਵਾਬ ਦੇ, ਪ੍ਰਕਾਸ਼ ਚੰਦ ਬਾਦਲ ਜੀ, ਇਸ ਗੱਲ ਦਾ ਜਵਾਬ ਦੇਣਾ ਬਣਦਾ ਤੁਹਾਡਾ, ਤੁਸੀਂ PTC ਪੰਜਾਬੀ ਦੇ
ਆਪਣਾ PTC ਨਿਊਜ਼ ਦੇ ਉਹ ਜਿਹੜਾ ਸਰਦਾਰ ਜਿਹਾ ਮੁੰਡਾ, ਮੈਨੂੰ ਪਤਾ ਨਹੀਂ ਉਹਦਾ ਕੀ ਨਾਂ ਆ, ਉਹ ਮੈਂ ਇੰਟਰਵਿਊ ਕਰਦਾ ਬੁੱਢਾ ਬਾਦਲ ਕਹਿਣ ਲੱਗਾ। ਖੈਰ ਬੁਢੇਪਾ ਤਾਂ ਹਰ ਇੱਕ 'ਤੇ ਆ ਜਾਂਦਾ, ਪਰ ਗੱਲ ਤਾਂ ਕਰਤੂਤਾਂ ਦੀ ਆ ਵੀ ਇਸ ਮਨੁੱਖ ਦੀਆਂ ਕਮੀਨਗੀਆਂ ਹਰਕਤਾਂ, ਮਾੜੀਆਂ ਹਰਕਤਾਂ, ਜਿਵੇਂ ਇਹਨੂੰ ਜਵਾਨੀ ਦੇ ਵਿੱਚ 1978 ਦੇ ਵਿੱਚ ਇਸ ਮਨੁੱਖ ਦੀ ਦਾੜੀ ਕਾਲੀ ਸੀ, ਇਹਨੂੰ ਉਦੋਂ ਵੀ ਸਿੱਖਾਂ ਦਾ ਖੂਨ ਵਹਾਇਆ, ਅੱਜ ਚਿੱਟੀ ਹੋ ਗਈ, ਸਿਵਿਆਂ ਨੂੰ ਤੁਰਿਆ ਜਾਂਦਾ ਵੀ ਕਲੰਕ ਖੱਟਣ ਤੋਂ ਬਾਜ਼ ਨਹੀਂ ਆ ਰਿਹਾ ਏ। ਪਤਾ ਨਹੀਂ ਇਹਨੂੰ ਲੱਗਦਾ ਕਿ ਸ਼ਾਇਦ ਜਿੰਨੇ ਵੀ ਅਕਾਲੀ ਮਰ ਮਰ ਕੇ ਆਉਣਗੇ ਇਹਦੀ ਗਵਾਹੀ ਭਰਨਗੇ, ਨਹੀਂ ਜੀ ਬਾਦਲ ਛੱਡ ਦਿਓ ਇਹਨੂੰ, ਜਮਾਂ ਇਹਦੇ ਛਿੱਤਰ ਨਾ ਮਾਰੋ, ਡਾਂਗ ਨਾ ਮਾਰੋ, ਜਮਾਂ ਦੇ ਕੋਲੋਂ ਬਚਾਉਣਗੇ ਬਾਦਲ ਨੂੰ। ਅਤੇ ਬਾਦਲ ਸਾਹਿਬ, ਮੈਂ ਤੁਹਾਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੁੰਦਾ, ਅਤੇ ਮੇਰੀ ਗੱਲ ਦਾ ਜਵਾਬ ਦਿਓ, ਆਪਣੇ ਮੁੰਡੇ ਸੁਖਬੀਰ ਬਾਦਲ ਦੇ ਸਹੁੰ ਖਾ ਕੇ, ਉਹਦੇ ਸਿਰ ਦੇ ਉੱਤੇ ਹੱਥ ਰੱਖ ਕੇ ਸਹੁੰ ਖਾ ਕੇ ਜਵਾਬ ਦਿਓ ਸੁਖਬੀਰ ਬਾਦਲ ਦੀ। ਅੱਜ ਤੱਕ ਬਾਦਲ ਪਰਿਵਾਰ ਦੇ ਕਿਸੇ ਨੇ ਸੋਟੀ ਮਾਰੀ ਹੋਵੇ ਤਾਂ ਦੱਸੋ, ਸੋਟੀ ਮੈਂ ਕੋਈ ਬਹੁਤੀ ਗੱਲ ਨਹੀਂ ਕਰਦਾ, ਸੋਟੀ ਦੀ ਗੱਲ ਕਰਦਾ ਮੈਂ। ਅੱਜ ਤੱਕ ਬਾਦਲ ਪਰਿਵਾਰ ਦੇ ਕਿਸੇ ਨੇ ਸੋਟੀ ਮਾਰੀ ਹੋਵੇ ਤਾਂ ਉਹਦਾ ਜਵਾਬ ਦਿਓ, ਚੁੰਡੀ ਵੱਢਣੀ ਤਾਂ ਬਹੁਤ ਦੂਰ ਦੀ ਗੱਲ ਆ। ਤੇ ਤੂੰ ਕਿਹੜੇ ਮੂੰਹ ਦੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ, ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਦਾ ਪਿਆ ਕਿ ਜ਼ਬਰ ਹੋ ਗਿਆ ਸਾਡੇ ਨਾਲ, ਵਧੀਕੀ ਹੋ ਗਈ ਸਾਡੇ ਨਾਲ? ਉਹ ਜ਼ਬਰ ਤਾਂ ਸਾਡੇ ਨਾਲ ਹੋਇਆ, ਸਾਡੇ ਨਾਲ ਜ਼ਬਰ ਹੋਇਆ, ਵਧੀਕੀ ਸਾਡੇ ਨਾਲ ਹੋਈ ਆ, ਜਿਨ੍ਹਾਂ ਦੇ ਭਰਾ ਮਾਰੇ ਆ ਸਾਡੇ ਨਾਲ ਵਧੀਕੀ ਹੋਈ ਜ਼ਬਰ। 10 ਸਾਲ ਤੋਂ ਬਾਬਾ ਬਾਦਲ, ਬੁੱਢਾ ਬਾਦਲ, ਤੂੰ ਪੰਜਾਬ ਦੇ ਸਿੱਖਾਂ ਦਾ, ਨੌਜਵਾਨਾਂ ਦਾ ਖੂਨ ਨਿਚੋੜਦਾ ਆ ਰਿਹਾ 10 ਸਾਲਾਂ ਤੋਂ। ਪਿੱਛੋਂ ਝਾਤੀ ਮਾਰੋ ਤੇ ਇਹਦਾ ਪੂਰਾ ਜੀਵਨ ਇੱਦਾਂ ਦਾ, ਬਾਕੀ 78 ਤੋਂ ਗਿਣ ਲਓ, ਬਰਨਾਲੇ ਦੀ ਸਰਕਾਰ ਗਿਣੋ, ਸੁਰਜੀਤ ਸਿੰਘ ਬਰਨਾਲੇ ਦੀ, ਜਿੰਨੇ ਨੌਜਵਾਨਾਂ ਦਾ ਘਾਣ ਕੀਤਾ ਬਰਨਾਲੇ ਦੀ ਸਰਕਾਰ ਨੇ, ਉਹ ਅਕਾਲੀਆਂ ਦੀ ਸਰਕਾਰ ਸੀ, ਅਕਾਲੀ ਸਰਕਾਰ ਸੀ ਬਰਨਾਲੇ ਦੀ। ਮੇਰੇ ਕੋਲ ਹਜੇ ਤੱਕ ਅਖਬਾਰਾਂ ਪਈਆਂ ਉਹਨਾਂ ਸੰਨਾਂ ਦੀਆਂ, ਅੱਜ ਮੈਂ ਦੇਖਦਾ ਸੀ 1988 ਦੀ ਮੈਨੂੰ ਅਖਬਾਰ ਮਿਲੀ, ਅਤੇ ਉਹਦੇ ਵਿੱਚ ਲਿਖਿਆ ਪ੍ਰਕਾਸ਼ ਚੰਦ ਬਾਦਲ ਨੂੰ ਨਜ਼ਰਬੰਦ ਕਰਕੇ ਤਿਹਾੜ ਜੇਲ੍ਹ 'ਚ ਭੇਜ ਦਿੱਤਾ। ਅੱਜ ਤੱਕ ਤੇਰੇ ਸੋਟੀ ਵੱਜੀ ਹੋਵੇ ਤਾਂ ਮੈਨੂੰ ਦੱਸ ਦੇ, ਤੇਰੇ ਪਰਿਵਾਰ ਦਾ ਕੋਈ ਨੌਜਵਾਨ, ਤੇਰੇ ਪਰਿਵਾਰ ਦੀ ਕੋਈ ਬੀਬੀ, ਤੇਰੀ ਕੋਈ ਭੈਣ, ਤੇਰਾ ਕੋਈ ਜਵਾਈ, ਤੇਰਾ ਕੋਈ ਭਾਈ, ਤੇਰੇ ਕਿਸੇ ਰਿਸ਼ਤੇਦਾਰ ਦੇ ਕਿਸੇ ਚੀਚੀ ਨੂੰ ਵੀ ਕੋਈ ਟੱਕ ਲੱਗਾ ਹੋਵੇ ਤਾਂ ਦੱਸ ਦੇ। ਕਿਹੜੇ ਟੁੱਟਿਓ ਜੇ ਮੂੰਹ ਦੇ ਨਾਲ ਤੂੰ ਇਹ ਗੱਲ ਕਹਿੰਦਾ ਮੁੜ ਮੁੜ ਕੇ, ਅਸੀਂ ਜ਼ਬਰ ਵਿਰੋਧੀ ਰੈਲੀ ਰੱਖੀ ਆ, ਅਸੀਂ ਜ਼ੁਲਮ ਵਿਰੋਧੀ ਰੈਲੀ ਰੱਖੀ ਆ? ਉਹ ਜਿਹੜਾ 10 ਸਾਲ ਤੂੰ ਪੰਜਾਬ ਦੇ ਲੋਕਾਂ ਦੇ ਉੱਤੇ ਜ਼ੁਲਮ ਕੀਤਾ ਉਹਦਾ ਜਵਾਬ ਕੌਣ ਦੇਵੇਗਾ? ਅਤੇ ਮੈਂ ਇਹ ਪੰਜਾਬ ਦੇ ਨੌਜਵਾਨਾਂ ਨੂੰ ਪੁੱਛਣਾ ਚਾਹੁੰਦਾ, ਆ ਜੇ ਤੁਸੀਂ ਇਹ ਕਿਤੇ ਸ਼ੇਅਰ ਸ਼ੂਰ ਕਰ ਸਕਦੇ ਤਾਂ ਕਰਦੇ ਹੋ, ਨਹੀਂ ਤੁਹਾਡੀ ਮਰਜ਼ੀ ਆ, ਇੱਦਾਂ ਦੀ ਕੋਈ ਗੱਲ ਨਹੀਂ ਆ। ਜਿਨ੍ਹਾਂ ਨੇ ਪ੍ਰੇਮੀਆਂ ਨੇ ਸੁਣਨੀ ਉਹ ਸੁਣ ਲੈਂਦੇ ਆ, ਜੇ ਭੇਜ ਦਿਓਗੇ ਤਾਂ ਜਰਾ ਜ਼ਿਆਦਾ ਇਹਨਾਂ ਦੇ ਅੱਖੋਂ ਬਠਾਪ ਹੋ ਜੂਗੀ ਔਰ ਚੜ੍ਹਦੀ ਕਲਾ ਹੋ ਜੂਗੀ, ਔਰ ਇਹਨਾਂ ਨੂੰ ਪਤਾ ਲੱਗ ਜਾਏਗਾ ਕਿ ਤੁਹਾਨੂੰ ਵੀ ਸਵਾਲ ਪੁੱਛਣ ਵਾਲੇ ਬੈਠੇ ਆ। ਇੱਦਾਂ ਨਹੀਂ ਕਿ ਤੁਸੀਂ ਕਿਸੇ ਨੂੰ ਵੀ ਉੱਠ ਕੇ ਮੂਰਖ ਬਣਾਈ ਚਲੋ, ਇਹਦਾ ਜਿਹੜੇ ਸੂਝਵਾਨ ਨੌਜਵਾਨ ਜਾਂ ਤੁਸੀਂ ਨੌਜਵਾਨ ਹੋ, ਮੈਨੂੰ ਤੁਸੀਂ ਜਵਾਬ ਦੇ ਦਿਓ ਇਸ ਗੱਲ ਦਾ, ਵੀਡੀਓ ਪਾ ਕੇ ਦੇ ਦਿਓ, ਆਡੀਓ ਪਾ ਕੇ ਜਵਾਬ ਦੇ ਦਿਓ ਵੀ ਪੋਲ ਕਿਹਨਾਂ ਦੀ ਖੁੱਲ੍ਹਣੀ ਆ ਅਤੇ ਕਿਹਨਾਂ ਦੀ ਖੁੱਲ੍ਹ ਰਹੀ ਆ, ਜ਼ਬਰ ਕਿਹਨਾਂ ਨੇ ਕੀਤਾ, ਜ਼ੁਲਮ ਕਿਹਨਾਂ ਨੇ ਕੀਤੇ, ਇਹਦਾ ਜਵਾਬ ਤੁਸੀਂ ਦੇ ਦਿਓ। ਸੋ ਇਤਨੀ ਇੱਕ ਮੇਰੀ ਬੇਨਤੀ ਆ ਸਾਰੇ ਨੌਜਵਾਨਾਂ ਦੇ ਚਰਨਾਂ ਦੇ ਵਿੱਚ, ਇਹ ਗੱਲ ਯਾਦ ਰੱਖ ਕੇ ਜਾਇਓ, ਆਪਣੇ ਜਿਹਨ ਦੇ ਵਿੱਚ ਰੱਖ ਕੇ ਜਾਇਓ, ਜਿਨ੍ਹਾਂ ਨੇ ਚਿੱਟੇ ਦੇ ਨਾਲ ਪੂਰੇ ਪੰਜਾਬ ਨੂੰ ਖਤਮ ਕੀਤਾ, ਚਿੱਟੇ ਦੇ ਵਪਾਰੀ, ਨਸ਼ੇ ਦੇ ਵਪਾਰੀ। ਮੈਂ ਦੇਖਿਆ ਜ਼ਿਆਦਾਤਰ ਨੌਜਵਾਨ ਨਸ਼ੇ ਵਾਲੇ ਇਕੱਠੇ ਕਰਦੇ ਆ, ਇਹ 10 ਸਾਲਾਂ 'ਚ ਇਹਨਾਂ ਨੇ ਕੀਤੇ ਆ। ਹੁਣ ਵੀ ਆਪਣਾ ਦਾਦੂਵਾਲ ਸਾਹਿਬ ਬਲਜੀਤ ਸਿੰਘ ਹੋਣੀ, ਉਹਨਾਂ ਨੇ ਕਿਹਾ ਇੰਟਰਵਿਊ ਦੇ ਵਿੱਚ, ਉਹ ਕਹਿੰਦੇ ਮੈਂ ਇੱਕ ਜਾਂਦੇ ਹੋਏ ਮਨੁੱਖ ਨੂੰ ਪੁੱਛਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਇਹਨਾਂ ਨੇ, ਦੁਸ਼ਟਾਂ ਨੇ ਸਿੱਖਾਂ ਦੇ ਗੋਲੀਆਂ ਮਾਰੀਆਂ, ਹਜੇ ਤੱਕ ਇਨਸਾਫ਼ ਨਹੀਂ ਮਿਲ ਰਿਹਾ, ਅਤੇ ਤੁਸੀਂ ਇਹਨਾਂ ਦੀਆਂ ਰੈਲੀਆਂ 'ਚ ਜਾ ਰਹੇ ਆ। ਉਹ ਕਹਿੰਦੇ ਜੀ ਇੱਕ ਬੋਤਲ, ਇੱਕ ਪਊਆ, 500 ਰੁਪਈਆ ਨਾਲ ਰੋਟੀ। ਇਹ ਅੱਜ ਤੱਕ ਪੰਜਾਬ ਦਾ ਕਰੋੜਾਂ ਰੁਪਈਆ ਖਾ ਚੁੱਕੇ, ਜੇ 1,000 ਰੁਪਈਆ ਦੇ ਕੇ ਵੀ ਬੰਦਾ ਇਕੱਠਾ ਕਰਨ ਲੱਗਣ ਤਾਂ ਵੀ ਕਰ ਲੈਂਦੇ ਆ, ਇੰਨੀ ਗੱਲ ਯਾਦ ਰੱਖਿਓ। ਜ਼ਿਕਰਯੋਗ ਹੈ ਕਿ 7 ਅਕਤੂਬਰ ਨੂੰ ਪੰਜਾਬ ਦੇ ਵਿੱਚ ਰੈਲੀਆਂ ਹੋਣ ਜਾ ਰਹੀਆਂ ਨੇ, ਪਟਿਆਲਾ ਦੇ ਵਿੱਚ ਅਕਾਲੀ ਦਲ ਅਤੇ ਲੰਬੀ ਦੇ ਵਿੱਚ ਕਾਂਗਰਸ ਦੀ, ਅਤੇ ਕੋਟਕਪੂਰਾ ਦੇ ਵਿੱਚ ਸੁਖਪਾਲ ਖਹਿਰਾ ਦੀ ਅਗਵਾਈ ਦੇ ਵਿੱਚ ਰੋਸ ਮਾਰਚ ਕੱਢਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਅਤੇ ਨਾਲ ਹੀ 14 ਤਰੀਕ ਨੂੰ ਬਹਿਬਲ ਕਲਾਂ ਗੋਲੀ ਕਾਂਡ ਦੀ ਬਰਸੀ ਆ ਰਹੀ ਹੈ, ਜਿਸ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਹੀ ਚੌਕਸ ਕਰ ਦਿੱਤਾ ਹੈ, ਅਤੇ ਨਾਲ ਹੀ ਸਰਕਾਰ ਨੂੰ ਅਲਰਟ 'ਤੇ ਰਹਿਣ ਲਈ ਕਿਹਾ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ,
ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। ਫੇਸਬੁੱਕ ਨੂੰ ਲਾਈਕ ਕਰੋ, ਟਵਿੱਟਰ ਨੂੰ ਟਵੀਟ ਕਰੋ, ਇੰਸਟਾਗ੍ਰਾਮ ਨੂੰ ਫੋਲੋ ਕਰੋ। ਇਸ ਤੋਂ ਇਲਾਵਾ ਹਰ ਅਪਡੇਟ ਲਈ ਸਾਡੇ ਚੈਨਲ ਪੰਜਾਬ ਐਪ ਨੂੰ ਵੀ ਡਾਊਨਲੋਡ ਕਰ ਸਕਦੇ ਹੋ। ਹੋਰ ਵਧੇਰੇ ਜਾਣਕਾਰੀ ਲਈ ਸਾਡੀ ਵੈਬਸਾਈਟ ਨੂੰ ਲੌਗਇਨ ਕਰੋ।